Take it down.
भारत में झूठी देखी प्रीत, जगत में झूठी देखी प्रीत, अपने ही सुख से सब लागे, अपने ही सुख से सब लागे, जगत में झूठी देखी प्रीत। रोज की सैसियों की जय,
ਪੜੋਸ ਕਿਸੇ ਸਿਉਂ ਕੀ ਜੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਉਂ ਕੀ ਜੈ, 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 ਰੋਸ ਕਿਸੇ ਸਿਉਂ ਕੀ ਜੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਉਂ ਕੀ ਜੈ, 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 ਰੋਸ ਕਿਸੇ ਸਿਉਂ ਕੀ ਜੈ। ਹੁਕਮ ਪੈ
रोज की सहस्यों की
ਵਾਹਿਗੁਰੂ 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 ਗੁਰੂ ਜੀ।
ਸ਼੍ਰੀ ਰਾਮ ਨਾਮਾ ਉਚਰ ਮਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਉਚਰ ਮਨਾ ਉਚਰ ਮਨਾ ਉਚਰ ਮਨਾ ਉਚਰ ਮਨਾ ਸ਼੍ਰੀ ਰਾਮ ਨਾਮਾ ਉਚਰ ਆ ਗਏ ਨਾਮ ਦਾ
Yeah.
ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਸ਼੍ਰੀ ਰਾਮ ਨਾਮਾ ਉਚਰ ਸਿਵ ਪਰਿਵਾਰ ਸਵਰਗੀ ਸਰਦਾਰ ਪਿਆਰਾ ਸਿੰਘ ਜੀ ਸਰਪੰਚ ਉਹਨਾਂ ਦੇ ਧਰਮ ਸਪਤਨੀ ਸਤਿਕਾਰਯੋਗ ਮਾਤਾ ਰਘਬੀਰ ਕੌਰ ਜੀ ਅਠਵਾਲ ਜਿੰਨੀ ਮਾਲਕ ਨੇ ਸਵਾਸਾਂ ਦੀ ਪੂੰਜੀ ਸੌਂਪੀ ਉਸ ਨੂੰ ਬਿਤਾ ਕੇ ਕੁਝ ਰੋਜ਼ ਪਹਿਲਾਂ ਲੋਕ ਨੂੰ ਛੱਡਿਆ ਪਰ ਲੋਕ ਨੂੰ ਗਮਨ ਕਰ ਗਏ ਹਨ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦਾ ਪੁੱਤਰ ਸੁਖਦੀਪ ਸਿੰਘ ਪ੍ਰਧਾਨ ਯੂਥ ਕਾਂਗਰਸ ਬਟਾਲਾ ਅਤੇ ਸਰਦਾਰ ਹਰਮੀਤ ਸਿੰਘ ਜੋ ਕਿ ਕੈਨੇਡਾ ਨਿਵਾਸੀ ਛੋਟਾ ਵੀਰ ਗੁਰਮੀਤ ਸਿੰਘ ਜੋ ਕਿ ਖੇਤੀਬਾੜੀ ਕਰਦਾ ਹੈ ਅਤੇ ਡਾਕਟਰ ਗੁਰਪ੍ਰਤਾਪ ਸਿੰਘ ਕੈਨੇਡਾ ਇਸ ਸਾਰੇ ਪਰਿਵਾਰ ਨੇ ਹੁਣ ਤੋਂ ਨਹੀਂ ਪਹਿਲਾਂ ਤੋਂ ਬੜੀਆਂ ਮੱਲਾਂ ਮਾਰੀਆਂ ਬੱਚਿਆਂ ਦੇ ਦਾਦਾ ਜੀ ਸਵਰਗੀ ਸਰਦਾਰ ਪਿਆਰਾ ਸਿੰਘ ਜੀ ਸਰਪੰਚ ਫਿਰ ਵੀਰ ਸੁਖਦੀਪ ਸਿੰਘ ਜੀ ਦੇ ਤਾਇਆ ਜੀ ਸਵਰਗੀ ਸਰਦਾਰ ਕਵਰਜੀਤ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਸਨ ਅਤੇ ਸਰਪੰਚ ਵੀ ਕੀਤੀ ਨਿਧੜਕ ਆਦਮੀ ਸੀ ਜਿਹੜੀ ਗੱਲ ਕਰਨੀ ਮੂੰਹ ਤੇ ਕਰ ਦੇਣਾ ਤੇ ਬੇਫਿਕਰ ਰਹਿਣਾ ਤੇ ਸੇਵਾ ਵੀ ਕੀਤੀ ਹੈ ਐਸੀ ਗੱਲ ਨਹੀਂ ਜਿਵੇਂ ਹੁਣ ਵੀ ਸਾਡਾ ਵੀਰ ਅਮਰਜੀਤ ਸਿੰਘ ਸਰਪੰਚ ਮੌਜੂਦਾ ਪਹਿਲਾਂ ਵੀ ਪਿੰਡ ਆਏ ਆ ਬੜੀ ਵਾਰੀ ਪਰ ਅੱਜ ਫਿਰ ਫੇਰਾ ਪਿਆ ਬੜਾ ਸੋਹਣਾ ਲੱਗਿਆ ਆਲਾ ਦੁਆਲਾ ਵੇਖ ਕੇ ਬੜਾ ਸੁੰਦਰ ਬਣਾ ਦਿੱਤਾ ਵੀਰ ਨੇ ਤਕਰੀਬਨ ਸਾਰੇ ਪਿੰਡ ਦਾ ਕੰਮ ਕੀਤਾ ਸੜਕਾਂ ਵਧੀਆ ਬਣਾ ਦਿੱਤੀਆਂ ਨੇ ਜਿਵੇਂ ਇਸ ਵੀਰ ਨੇ ਅੱਗੇ ਹੋ ਕੇ ਪਿੰਡ ਦੀ ਸਰਪੰਚੀ ਨੂੰ ਬਾਖੂਬੀ ਨਿਭਾਇਆ ਇਵੇਂ ਹੀ ਸਰਦਾਰ ਕਵਰਜੀਤ ਸਿੰਘ ਜੀ ਆਪਣੀ ਜ਼ਿੰਦਗੀ ਕਾਲ ਦੇ ਵਿੱਚ ਬੜੇ ਕੰਮ ਕੀਤੇ ਤੇ ਇਸ ਗੱਲ ਤੋਂ ਮਾਣ ਵੀ ਆ ਵੀ ਹੈ ਨਿਧੜਕ ਸਨ ਗੱਲ ਨਹੀਂ ਸੀ ਡਰਦੇ ਨਹੀਂ ਸਨ ਕਿਸੇ ਕੋਲ ਜਿਹੜੀ ਗੱਲ ਕਰਨੀ ਮੂੰਹ ਤੇ ਕਰ ਦੇਣੀ ਭਾਈ ਤੂੰ ਗਲਤ ਹੈ ਤੇ ਗਲਤ ਹੈ ਇਹੋ ਜਿਹੇ ਮਨੁੱਖ ਜਿਹੜੇ ਨੇ ਘੱਟ ਹੁੰਦੇ ਨੇ ਤੇ ਇਹੋ ਜਿਹੇ ਚੰਗੇ ਮਨੁੱਖਾਂ ਦੀ ਰੱਬ ਨੂੰ ਵੀ ਲੋੜ ਪੈ ਜਾਂਦੀ ਵੀਰ ਸੁਖਦੀਪ ਸਿੰਘ ਜੋ ਕਿ ਪ੍ਰਧਾਨ ਹੈ ਯੂਥ ਕਾਂਗਰਸ ਦਾ ਬਟਾਲੇ ਤੋਂ ਇਹਦੇ ਸਵਰਗੀ ਪਿਤਾ ਸਰਦਾਰ ਅਮਰਜੀਤ ਸਿੰਘ ਇਹ ਸਾਰਾ ਹੀ ਪਰਿਵਾਰ ਬਹੁਤ ਨਿੱਘਾ ਤੇ ਮਿੱਠਾ ਸਵਾਰ ਬੱਚਿਆਂ ਨੂੰ ਮੈਂ ਬੜੇ ਚਿਰ ਤੋਂ ਵਿਚਰਦਾ ਸੁਖਦੀਪ ਹੋਣਾ ਨਾਲ ਬੜੇ ਚਿਰ ਤੋਂ ਮੇਰਾ ਇਹਨਾਂ ਦੇ ਨਾਲ ਪਿਆਰ ਹੈ ਪਰ ਮੈਂ ਇਹਨਾਂ ਬੱਚਿਆਂ ਨੂੰ ਕਦੇ ਉੱਚੀਆਂ ਬੋਲਦਾ ਨਹੀਂ ਵੇਖਿਆ ਠੰਡੇ ਸੁਭਾਅ ਦੇ ਨੇ ਬੇਸ਼ੱਕ ਤੇ ਮਾਂ ਬਾਪ ਦਾ ਸਾਇਆ ਨਹੀਂ ਸੀ
ਪਰ ਇਹਨਾਂ ਬੱਚਿਆਂ ਨੇ ਬਖੂਬੀ ਆਪਣਾ ਸਾਰਾ ਕੰਮ ਸੰਭਾਲਿਆ ਅਤੇ ਬੁਲੰਦੀਆਂ ਨੂੰ ਵੀ ਛੂਏ। ਇਹਨੂੰ ਕਹਿੰਦੇ ਨੇ ਮਿਹਨਤ ਕੀਤੀ। ਸਿਆਣਿਆਂ ਦੀ ਕਹਾਵਤ ਯਾਦ ਆਉਂਦੀ ਹੈ, ਪਿਤਾ ਪਰ ਪੂਤ ਨਕਲ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ। ਜੇ ਪਿਤਾ ਨੇ ਬਜ਼ੁਰਗਾਂ ਨੇ ਮੱਲਾਂ ਮਾਰੀਆਂ ਤੇ ਬੱਚੇ ਵੀ ਅੱਗੇ ਮੱਲਾਂ ਮਾਰ, ਬੜੀ ਵੱਡੀ ਗੱਲ ਹੈ। ਬਟਾਲੇ ਦਾ ਉਹ ਵੀ ਯੂਥ ਦਾ ਕਾਂਗਰਸ ਦਾ ਪ੍ਰਧਾਨ ਬਣਨਾ, ਮੈਂਬਰ ਬਣਨਾ ਵੀ ਬੜੀ ਵੱਡੀ ਘਾਲਣਾ ਜੀ, ਮਾਫ ਕਰਨਾ। ਪਿੰਡ ਦਾ ਸਰਪੰਚ ਬਣਨਾ ਬੜੀ ਦੂਰ ਦੀ ਗੱਲ ਹੈ। ਕਿਤੇ ਮੈਂਬਰ ਬਣ ਜਾਏ ਨਾ ਸਰਪੰਚੀ ਦੇ ਵਿੱਚ, ਉਹਨੂੰ ਵੀ ਨੁਮਾਇੰਦੇ ਚੁਣਦੇ ਨੇ ਕਿ 10-12 ਵੀ ਭਾਈ ਇਹ ਬੰਦਾ ਠੀਕ ਹੈ, ਇਹ ਕੰਮ ਕਾਰ ਕਰੇਗਾ, ਇਹਨੂੰ ਅਹੁਦਾ ਦਿੱਤਾ ਜਾਵੇ। ਅਤੇ ਸਰਪੰਚੀ ਤਾਂ ਬੜੀ ਔਖੀ ਗੱਲ ਹੈ, ਪਰ ਸਾਰਾ ਪਿੰਡ ਚੁਣਦਾ ਫਿਰ ਸਰਪੰਚ ਉਸ ਮਨੁੱਖ ਨੂੰ। ਕਿਉਂ ਚੁਣਦੇ ਆਪਾਂ? ਇਹ ਸਾਡੇ ਪਿੰਡ ਦਾ ਭਲਾ ਕਰੇਗਾ। ਜਿਵੇਂ ਆਪਾਂ, ਮਾਫ ਕਰਿਓ ਮੈਂ ਗੱਲ ਨਹੀਂ ਸੀ ਕਰਨੀ ਪਰ ਕਰ ਦਿੰਦਾ ਕਿਉਂਕਿ ਸਮਾਂ ਤਾਂ ਦੁਖਦਾਈ ਹੈ, ਆਪਾਂ ਮੋਦੀ ਨੂੰ ਵੀ ਇਸੇ ਕਰਕੇ ਚੁਣਿਆ ਸੀ ਕਿ ਭਲਾ ਕਰੇਗਾ ਸੰਸਾਰ ਦਾ, ਪਰ ਉਹਨੇ ਬੇੜਾ ਹੀ ਗਰਕ ਕਰਕੇ ਰੱਖ। ਜਿਵੇਂ ਕਹਿੰਦੇ ਆ ਨਾ ਕਿ ਭਾਂਡੇ ਮਾਂਜਣ ਦਾ ਕੰਮ ਸੀ ਉਹਦਾ, ਚਾਹ ਵੇਚਣ ਦਾ ਕੰਮ ਸੀ ਉਹਦਾ, ਮਾਫ ਕਰਿਓ ਉਸ ਬੰਦੇ ਨੇ ਵੇਚਣ ਦਾ ਸਿਲਸਿਲਾ ਜਾਰੀ ਰੱਖਿਆ, ਸਾਰਾ ਦੇਸ਼ ਹੀ ਵੇਚ ਦਿੱਤਾ, ਰੇਲਾਂ ਵੀ ਵੇਚ ਦਿੱਤੀਆਂ, ਏਅਰਪੋਰਟ ਵੀ ਵੇਚ ਦਿੱਤੇ। ਹੁਣ ਰਹਿ ਗਈ ਜੱਟਾਂ ਦੀ ਕਿਸਾਨੀ, ਦੋ ਨਾਰੇ ਲੱਗਦੇ ਨੇ ਜੈ ਜਵਾਨ ਜੈ ਕਿਸਾਨ। ਹੁਣ ਉੱਧਰ ਵੀ ਹੋਇਆ ਪਿਆ ਵੀ ਇਹ ਵੀ ਮੈਂ ਤਾਂ ਕਰਕੇ ਜ਼ਿਕਰ ਕਰਦਾ ਕਿਉਂਕਿ ਮੈਨੂੰ ਨਾ ਕਈ ਥਾਈ ਕੀਰਤਨ ਤਕਰੀਬਨ ਡੇਲੀ ਚੱਲਦਾ। ਕਿਸੇ ਬੰਦੇ ਨੇ ਮੈਨੂੰ ਕਿਹਾ ਸੀ ਕਿ ਬਾਬਾ ਜੀ ਅਰਦਾਸ ਵੀ ਕਰਿਆ ਕਰੋ ਵੀ ਜਿਹੜੇ ਸਿੰਘ ਗਏ ਨੇ ਉਹ ਕਾਮਯਾਬ। ਮੈਂ ਖਵੀਰ ਤੈਨੂੰ ਕਹਿਣ ਦੀ ਲੋੜ ਨਹੀਂ, ਸਾਡਾ ਵੀ ਫਰਜ਼ ਬਣਦਾ ਹੈ। ਮੈਂ ਜੇ ਸਾਡੀਆਂ ਡਿਊਟੀਆਂ ਲੱਗੀਆਂ ਨੇ ਨਾ, ਅਸੀਂ ਨਹੀਂ ਜਾ ਸਕਦੇ ਉੱਥੋਂ ਤੱਕ, ਸਾਡਾ ਫਰਜ਼ ਇਹ ਬਣਦਾ ਹੈ ਕਿ ਆਪਾਂ ਵੀ ਅਰਦਾਸ ਕਰੀਏ ਜਿਹੜੇ ਵੀਰ ਗਏ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ, ਕਾਮਯਾਬੀ ਬਖਸ਼ਣ ਉਹਨਾਂ ਨੂੰ, ਅਤੇ ਜਿਹੜੇ ਕਾਰਜ ਵਾਸਤੇ ਗਏ ਨੇ ਕਾਰਜ ਰਾਸ ਕਰਨ, ਇਹ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਦੇਖੋ ਆਪਾਂ ਨੁਮਾਇੰਦਾ ਤਾਂ ਹੀ ਚੁਣਦੇ ਨਾ ਵੀ ਸਾਡੇ ਪਿੰਡ ਦਾ ਸਵਾਰੇਗਾ। ਉਦੋਂ ਕਹਿੰਦੇ ਸੀ ਅੱਛੇ ਦਿਨ ਆਉਣਗੇ, 15-15 ਲੱਖ ਆਏਗਾ, 15 ਰੁਪਈਏ ਵੀ ਨਹੀਂ ਕਿਸੇ ਦੇ ਅਕਾਊਂਟ 'ਚ ਆਏ। ਮਾਫ ਕਰਨਾ, ਫਿਰ ਇਹ ਵੀ ਕਹਿ ਦਿੱਤਾ ਸੀ ਕਿ ਅੱਛੇ ਦਿਨ ਆਉਣਗੇ, ਅੱਛੇ ਦਿਨ ਸਾਡੇ ਤੇ ਨਹੀਂ ਉਹਦੇ ਜ਼ਰੂਰ ਆਏ ਨੇ, ਸਦਾ ਹੀ ਜਹਾਜ਼ਾਂ ਦੇ ਵਿੱਚ ਰਹਿੰਦਾ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹਨਾਂ ਲੋਕਾਂ ਨੂੰ ਇਹ ਤ੍ਰਿਸ਼ਨਾ ਨਹੀਂ ਬੁੱਝਦੀ। ਮਾਫ ਕਰਨਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਇਹਨਾਂ ਲੋਕਾਂ ਕੋਲ ਪੈਸਾ ਹੈ ਫਿਰ ਵੀ ਸੋਚਦੇ ਨੇ ਕਿ ਸ਼ਾਇਦ ਅਸੀਂ ਇੱਕ ਤੇ ਧਰ ਕੇ ਨਾਲ ਲੈ ਜਾਓ। ਕਾਰੂ ਬਾਦਸ਼ਾਹ ਅਤੇ ਬਾਰੂ ਬਾਦਸ਼ਾਹ ਦੋ ਭਰਾ ਸਨ। ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ ਸੀ, 40 ਗੰਜ। ਵਿਦਵਾਨ ਲਿਖਦੇ ਨੇ ਕਿ 100 ਖੱਚਰਾਂ ਦੇ ਉੱਤੇ ਚਾਬੀਆਂ ਰੱਖਦਾ ਸੀ, 100 ਖੱਚਰਾਂ ਦੇ ਉੱਤੇ। ਇੱਕ ਖੱਚਰ 'ਤੇ ਤਕਰੀਬਨ 1000 ਹੀ ਚਾਬੀਆਂ ਆ ਜਾਂਦੀਆਂ ਨੇ।
ਤੇ ਉਹਨੂੰ ਖਜ਼ਾਨੇ ਨੂੰ ਖੋਲਦਿਆਂ ਖੋਲਦਿਆਂ 20 ਤੋਂ 22 ਦਿਨ ਲੱਗਦੇ ਸਨ ਉਹਨੂੰ, ਤੇ ਉਹ ਵੀ ਨੁਮਾਇੰਦੇ ਅੱਗੇ ਖੋਲਦੇ ਸਨ, ਇੰਨੇ ਤਾਲੇ ਲਾ ਸੜੇ ਸਨ ਉਦੋਂ ਹੀ, ਤੇ ਧਰਤੀ ਦੇ ਥੱਲੇ ਖਜ਼ਾਨਾ ਸੀ ਉਹਦਾ। ਤੇ ਉਹਦਾ ਭਰਾ ਜਿਹੜਾ ਸੀ ਛੋਟਾ ਬਾਰੂ, ਉਹਨੇ 35 ਗੰਜ ਜੋੜੇ ਸਨ। ਇਹ ਦੋਵਾਂ ਭਰਾਵਾਂ ਨੇ ਮਾਇਆ ਇਕੱਠੀ ਕੀਤੀ, ਜਿਵੇਂ ਹੁਣ ਕਰਦਾ ਪਿਆ ਮੋਦੀ ਇਕੱਠੇ ਕਰਦਾ ਪਿਆ, ਤੇ ਜਾਂ ਅੰਬਾਨੀ ਅਡਾਨੀ ਇਕੱਠੇ ਕਰਦੇ ਪਏ। ਪਰ ਬਾਬੇ ਨਾਨਕ ਦਾ ਇੱਕ ਬਚਨ ਤੇ ਉਹਨਾਂ ਨੇ ਮੰਨ ਲਿਆ ਸੀ ਵੀ ਇਹ ਨਾਲ ਨਹੀਂ ਜਾਣੀ। ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਇਹ ਮਾਇਆ ਨਾਲ ਨਹੀਂ ਜੇ ਜਾਣੀ, ਮਾਇਆ ਇੱਥੇ ਰਹਿ ਜਾਣੀ ਜੇ। ਹਾਂ, ਜੇ ਤੁਸੀਂ ਚੱਜ ਦਾ ਕੰਮ ਕਰਦੇ ਜੇ, ਭਲੇ ਦਾ ਕੰਮ ਕਰਦੇ ਜੇ, ਤੇ ਤੁਸੀਂ ਚਲੇ ਤੇ ਜਾਓਗੇ, ਲੋਕੀ ਤੁਹਾਡੇ ਵਾਸਤੇ ਖੰਡ ਪਾਠ ਸਾਹਿਬ ਰਖਾ ਕੇ ਤੁਹਾਡੀ ਸ਼ਾਂਤੀ ਦੀ, ਸੁੱਖ ਸ਼ਾਂਤੀ ਦੀ ਅਰਦਾਸ ਕਰਾਉਣਗੇ ਜੇ ਚੰਗੇ ਕੰਮ ਕਰਕੇ ਜਾਓਗੇ। ਆਪਾਂ ਹੁਣ ਯਾਦ ਕਰਦੇ ਹਾਂ ਨਾ, ਦੇਖੋ ਸਰਦਾਰ ਕਵਰਜੀਤ ਸਿੰਘ ਜੀ ਕਿਉਂ ਯਾਦ ਕਰਦੇ, ਚੰਗੇ ਕੰਮ ਕੀਤੇ। ਸਵਰਗੀ ਸਰਦਾਰ ਪਿਆਰਾ ਸਿੰਘ ਜੀ ਸਰਪੰਚ, ਜੋ ਕਿ ਪਾਕਿਸਤਾਨ ਦੇ ਵਿੱਚ ਸ਼ਾਦੀ ਹੋਈ ਹੈ, ਪਰ ਮਾਫ ਕਰਨਾ, ਉਹਨਾਂ ਦੇ ਚੰਗੇ ਕੰਮਾਂ ਨੂੰ ਯਾਦ ਕਰਦੇ ਹਾਂ। ਜਿਹੜਾ ਕੋਈ ਚੰਗਾ ਕਰਮ ਕਰਕੇ ਜਾਂਦਾ, ਬਾਣੀ ਉਹਦੇ ਵਾਸਤੇ ਕਹਿੰਦੀ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਖਾਪੇ। ਉਸ ਬੰਦੇ ਦਾ ਆਉਣਾ ਵੀ ਸਫਲ ਤੇ ਜਾਣਾ ਵੀ ਸਫਲ। ਬੱਚਿਆਂ ਨੇ ਬੜੀਆਂ ਮੱਲਾਂ ਮਾਰੀਆਂ ਨੇ, ਮਾਫ ਕਰਨਾ। ਹੈ ਵੀ ਬੀਬੇ ਨੇ ਬਹੁਤ ਜ਼ਿਆਦਾ ਨੇਕ ਸੁਭਾਅ ਦੇ, ਮੈਂ ਦੋਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਵਿਚਰਿਆ, ਗੁਰਮੀਤ ਨਾਲ ਵੀ ਅਤੇ ਸੁਖਦੀਪ ਸਿੰਘ ਨਾਲ, ਜੋ ਕਿ ਪ੍ਰਧਾਨ ਹੈ ਯੂਥ ਕਾਂਗਰਸ ਦਾ, ਉਹ ਵੀ ਬਟਾਲੇ ਸ਼ਹਿਰ ਤੋਂ। ਮੈਂ ਪਹਿਲਾਂ ਹੀ ਬੇਨਤੀ ਕੀਤੀ ਵੀ ਬੜੀ ਵੱਡੀ ਗੱਲ ਹੈ, ਇਹ ਆਪਦੇ ਐਵੇਂ ਨਹੀਂ ਜੇ ਬਣਦੇ, ਇਹ ਕੁਝ ਘਾਲ ਕਮਾਈ। ਫਿਰ ਗੱਲ ਕਿ ਪਿਤਾ ਨੇ ਕੀਤੀ, ਦਾਦੇ ਨੇ ਕੀਤੀ, ਉਹ ਕਮਾਈਆਂ ਕੀਤੀਆਂ ਨੇ ਉਹਨਾਂ ਨੇ, ਅਤੇ ਬੱਚਿਆਂ 'ਤੇ ਵੀ ਤਾਂ ਅਸਰ ਹੁੰਦਾ ਹੀ ਹੈ, ਬੱਚੇ ਦੇ ਆਪਣੇ ਆਪ ਪਰਮੇਸ਼ਰ ਕਿਰਪਾ ਕਰ ਦਿੰਦਾ। ਪਰ ਗੱਲ ਇੱਥੇ ਆਉਂਦੀ ਨੇਕ ਸੁਭਾਅ, ਚੰਗਾ ਸੁਭਾਅ। ਜੇ ਪਿਆਰ ਨਾਲ ਦੁਨੀਆਂ ਦੀ ਸੇਵਾ ਕਰਦੇ ਨੇ ਤਾਂ ਦੁਨੀਆਂ ਸਲਾਉਂਦੀ ਵੀ ਹੈ, ਅੱਜ ਉਹਨਾਂ ਨੂੰ ਵੀ ਸਲਾਉਂਦੀ ਹੈ ਜੋ ਚਲੇ ਗਏ ਨੇ। ਅਤੇ ਮਾਤਾ ਰਘਵੀਰ ਕੌਰ ਜੀ ਅਟਵਾਲ, ਜਿਹਨਾਂ ਦੇ ਨਵੇਂ ਤਾਂ ਆਪਾਂ ਬੈਠੇ ਹਾਂ, ਮਾਫ ਕਰਿਓ, ਤਕਰੀਬਨ 95 ਸਾਲ ਦੀ ਉਮਰ ਹੈ ਮਾਤਾ ਜੀ ਦੀ, ਸਾਰਾ ਜੀਵਨ ਪਰਮੇਸ਼ਰ ਦੇ ਨਾਲ ਜੁੜ ਕੇ, ਅੰਮ੍ਰਿਤ ਵੀ ਛਕਿਆ ਸੀ ਮਾਤਾ ਜੀ ਨੇ। ਅਤੇ ਆਪਣੇ ਮੈਂ ਪੁੱਛਿਆ ਵੀਰ ਸੁਖਦੀਪ ਸਿੰਘ ਨੂੰ, ਕਹਿੰਦੇ ਬਾਬਾ ਜੀ ਅਖੀਰ ਤੱਕ ਆਪਣੀ ਮਨ ਮਰਜ਼ੀ ਨਾਲ ਜੀ ਕੇ ਗਏ ਨੇ, ਮਨ ਮਰਜ਼ੀ ਨਾਲ, ਜੋ ਜੀ ਕੀਤਾ ਖਾਧਾ, ਜੋ ਜੀ ਕੀਤਾ ਪਹਿਨੇ ਆ। ਅਤੇ ਇਹ ਵੀ ਕਰਦੇ ਸੀ ਅਰਦਾਸ ਕਿ ਮੈਂ ਕਿਤੇ ਬਵਾਂ ਨਾ, ਮੇਰੀ ਸੇਵਾ ਨਾ ਹੋਵੇ, ਚਲਦੀ ਫਿਰਦੀ ਹੀ ਚਲੇ ਜਾਵਾਂ। ਅਤੇ ਜਿਹੜੇ ਗੁਰਮੁਖ ਜਾਣੇ ਨਾ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਉਹਨਾਂ ਦੇ ਕਈ ਵਾਰੀ ਸਹਿਜ ਸੁਭਾਅ, ਜਿਹੜੀ ਗੱਲ 'ਚੋਂ ਮੂੰਹ 'ਚ ਜ਼ੁਬਾਨ 'ਚੋਂ ਕੋਈ ਵਚਨ ਨਿਕਲ ਜਾਂਦਾ ਨਾ, ਉਹ ਫਿਰ ਵਿਅਰਥ ਨਹੀਂ ਜਾਂਦਾ। ਬਾਣੀ ਦਾ ਵੀ ਇੱਕ ਵਚਨ ਹੈ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਹੁਣ ਸਾਨੂੰ ਨਹੀਂ ਪਤਾ ਕਿ ਖੀਰ 'ਤੇ ਬੰਦਾ ਕਿੰਨੀ ਕੁ ਬੰਦਗੀ ਕਰਦਾ, ਤੁਹਾਨੂੰ ਕੀ ਪਤਾ ਕਿ ਮੈਂ ਨਿਤਨੇਮ ਕਰਦਾ ਕਿ ਨਹੀਂ ਕਰਦਾ। ਇਹ ਤਾਂ ਮੈਨੂੰ ਪਤਾ ਹੈ ਨਾ ਕਿ ਮੈਂ ਬਾਣੀ ਕਿੰਨੀ ਪੜ੍ਹਦਾ, ਸਿਮਰਨ ਕਿੰਨਾ ਕਰਦਾ ਹਾਂ, ਇਹ ਤੁਹਾਨੂੰ ਨਹੀਂ ਜੀ ਪਤਾ, ਮਾਫ ਕਰਨਾ। ਪਰ ਗੁਰੂ ਸਾਹਿਬ, ਇਹ ਸਤਿਗੁਰ ਸਭ ਜਾਣਦੇ ਨੇ, ਸਤਿਗੁਰ ਜੀ ਸਭ ਜਾਣਦੇ ਨੇ ਕਿ ਮਨੁੱਖ ਕਿੰਨੀ ਬਾਣੀ ਪੜ੍ਹਦਾ ਹੈ, ਕੀ ਕਰਦਾ। ਸੋ ਇਸ ਕਰਕੇ ਆਪਾਂ ਸਾਰੇ ਹੀ ਮਾਤਾ ਅਠਵਾਲ, ਮਾਤਾ ਰਘਵੀਰ ਕੌਰ ਜੀ ਅਠਵਾਲ, ਬਹੁਤ ਪਿਆਰੀ ਰੂਹ ਸਨ, ਸਾਨੂੰ ਸਦੀਵ ਵਿਛੋੜਾ ਦੇ ਕੇ ਨੇ, ਉਹਨਾਂ ਦੇ ਨਿਮਿੱਤ ਬੈਠੇ ਹਾਂ ਆਪਾਂ। ਪਰ ਆਪਾਂ ਇੱਕ ਖਿਆਲ ਕਰ ਲੈਣਾ, ਜਿੰਨੇ ਵੀ ਬੈਠੇ ਹਾਂ, ਰਹਿਣਾ ਕਿਸੇ ਨੇ ਵੀ ਨਹੀਂ ਜੇ। ਇਹ ਮਤ ਸੋਚਣਾ ਕਿ ਅਸੀਂ ਕੀਰਤਨ ਕਰਦੇ ਹਾਂ, ਸਦਾ ਕੀਰਤਨ ਹੀ ਕਰਨਾ, ਨਹੀਂ, ਰੋਜ਼ ਪ੍ਰੋਗਰਾਮ ਕਰਦੇ ਹਾਂ, ਮਾਫ ਕਰਿਓ, ਇੱਕ ਇੱਕ ਦੋ ਦੋ ਪ੍ਰੋਗਰਾਮ ਹੁੰਦੇ ਨੇ,
ਪਰ ਜਿੱਥੇ ਆਪਣੇ ਵੀਰ ਜ਼ਿਆਦਾ ਪਿਆਰ ਵਾਲੇ ਨੇ ਫਿਰ ਉੱਥੇ ਹਾਮੀ ਭਰਦੇ ਵੀ ਉੱਥੇ ਜ਼ਰੂਰ ਜਾਈਦਾ। ਇਹਨਾਂ ਬੱਚਿਆਂ ਨਾਲ ਸਾਡਾ ਬੜਾ ਪਿਆਰ ਹੈ, ਤਾਂ ਕਰਕੇ ਚੱਲ ਕੇ ਮੈਂ ਬਚਨ ਕਰਨ ਲੱਗਾ ਕਿ ਆਪਾਂ ਜਿੰਨੇ ਵੀ ਬੈਠੇ ਹਾਂ ਇਹ ਮਤ ਸੋਚਣਾ ਕਿ ਅਸੀਂ ਰਹਿਣਾ ਆਹੀ ਕੀਰਤਨ ਕਰਦੇ ਰਹਿਣਾ, ਨਹੀਂ ਕਦੇ ਬੋਲੀ। ਸਮਾਂ ਆਉਣਾ ਹੈ ਕਿ ਇੱਕ ਦਿਨ ਸਾਡਾ ਵੀ ਕਿਸੇ ਨੇ ਕੀਰਤਨ ਕਰ ਜਾਣਾ, ਅਸੀਂ ਵੀ ਚਲੇ ਜਾਣਾ ਹੈ, ਕਿਉਂਕਿ ਹੁਣ ਤਾਂ ਹੱਥ ਪੈਰ ਕੰਮ ਕਰਦੇ ਨੇ। ਜਦ ਹੋਰ ਉਮਰਾਂ ਵੱਧ ਗਈ ਤਾਂ ਜਦ ਪਤਾ ਹੀ ਨਹੀਂ। ਵੈਸੇ ਬਾਣੀ ਦਾ ਇੱਕ ਬਚਨ ਹੈ, ਅੱਜ ਸੁਣਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ, ਪਤਾ ਨਹੀਂ ਬੇੜੀ ਕਿੱਥੇ ਡੁੱਬ ਜਾਣੀ ਹੈ, ਇਹ ਤਾਂ ਪਤਾ ਹੀ ਨਹੀਂ। ਪਰ ਆਸ ਇੱਕ ਰੱਖਦੇ ਹਾਂ, ਕਿਉਂਕਿ ਰਾਤ ਨੂੰ ਸੌਣ ਲੱਗਿਆ ਵੀ ਆਸ ਹੁੰਦੀ ਵੀ ਸਵੇਰੇ ਉੱਠਣਾ, ਅਲਾਰਮ ਲਾਈਦਾ ਨਾ, ਪਰ ਇਹ ਥੋੜ੍ਹੀ ਪਤਾ ਵੀ ਰਾਤ ਕੀ ਪਤਾ ਉੱਠਣਾ ਕਿ ਨਹੀਂ ਉੱਠਣਾ। ਹਮ ਆਦਮੀ ਹਾਂ ਇੱਕ ਦਰਮੀ, ਆਸ ਦੇ ਸਿਰ 'ਤੇ ਜਿਉਂਦੇ ਹਾਂ ਵੀ ਇੰਨੀ ਕੁ ਆਸ ਹੈ, ਪਰ ਪਰਮੇਸ਼ਰ ਦੇ ਹੱਥ ਵੱਸ ਹੈ। ਹੁਣ ਹੱਥ ਪੈਰ ਕੰਮ ਕਰਦੇ ਨੇ, ਮਾਫ਼ ਕਰਨਾ, ਪਰ ਜਦੋਂ ਇਹੋ ਹੀ ਹੱਥ ਪੈਰ ਬਜ਼ੁਰਗ ਹੋ ਗਏ ਫਿਰ ਬਾਣੀ ਪਤਾ ਕੀ ਆਖਦੀ ਹੈ, ਫਰੀਦਾ ਇੰਨੀ ਨਿੱਗੀ ਜੰਗੀ ਹੈ ਥਲ ਡੂਗਰ ਪਵਿਓ। ਕਹਿੰਦਾ ਨਿੱਕੀ ਦਾ ਮਤਲਬ ਹੈ ਛੋਟੀਆਂ ਛੋਟੀਆਂ ਲੱਤਾਂ, ਜੰਗੀ ਹੈ, ਜੰਗੀ ਦਾ ਮਤਲਬ ਲੱਤਾਂ ਨੇ, ਚਰਨ ਨੇ, ਥਲ ਡੂਗਰ ਪਵਿਓ। ਜਦੋਂ ਜਵਾਨੀ ਹੈ ਨਾ ਤੇ ਵੱਡੇ ਵੱਡੇ ਪਹਾੜ ਵੀ ਇਹਨਾਂ ਲੱਤਾਂ ਦੇ ਨਾਲ ਟੱਪ ਜਾਂਦੇ ਆ। ਜਾਈਦਾ ਨਾ ਹੇਮਕੁੰਟ ਸਾਹਿਬ, ਦੇਖੋ ਕਿੱਡੀ ਉੱਚੀ ਪਹਾੜੀ ਹੈ, ਇਹਨਾਂ ਚਰਨਾਂ ਦੇ ਨਾਲ ਹੀ ਚੜ੍ਹ ਕੇ ਜਾਂਦੇ ਆ। ਪਰ ਅੱਜ ਕੀ ਹੋਇਆ, ਅੱਜ ਬਜ਼ੁਰਗੀ ਅਵਸਥਾ ਆ ਗਈ, ਉੱਠਿਆ ਨਹੀਂ ਜਾਂਦਾ। ਇਹ ਉਹੀ ਲੱਤਾਂ ਨੇ ਜਿਹੜੀਆਂ ਕੰਮ ਕਰਨ ਨੂੰ ਹਟ ਗਈਆਂ, ਅਤੇ ਅੱਜ ਸਾਹਮਣੇ ਪਿਆ ਇੱਕ ਜੱਗ ਪਾਣੀ ਦਾ, ਉਹ ਇੰਜ ਲੱਗਦਾ ਸੈ ਕੋ ਹਾਥੀ ਆਉਂਦੀ ਸੌ ਕੋਹ 'ਤੇ ਪਿਆ ਹੋਵੇ। ਸੌ ਕੋਹ ਦਾ ਮਤਲਬ 300 ਕਿਲੋਮੀਟਰ ਅੰਦਾਜ਼ਾ, ਇੰਨੀ ਦੂਰ ਤੱਕ ਪਿਆ ਲੱਗਦਾ, ਕਿਉਂਕਿ ਬੰਦੇ 'ਚ ਹਿੰਮਤ ਨਹੀਂ ਉੱਠ ਕੇ ਪਾਣੀ ਵੀ ਆਪ ਪੀ ਸਕੇ। ਇਸ ਸਰੀਰ ਨੇ ਢਲਦੇ ਜਾਣਾ, ਜੇ ਮਾਫ਼ ਕਰਿਓ, ਬਾਣੀ ਦਾ ਇੱਕ ਬਚਨ ਹੁੰਦਾ ਹੈ, ਥਾਕੇ ਨੈਣ ਸਰਵਨ ਸੁਣ ਥਾਕੇ, ਥਾਕੀ ਸੁੰਦਰ ਮਾਇਆ। ਕਹਿੰਦੇ ਅੱਖਾਂ ਥੱਕ ਗਈਆਂ, ਜਵਾਨੀ ਵੇਲੇ ਤਾਂ ਬੜੀ ਦੂਰ ਤੱਕ ਦਿਖਦੇ, ਪਹਾੜ ਵੀ ਦਿਖਦੇ, ਪਰ ਜਦੋਂ ਉਮਰਾਂ ਵੱਧਦੀ ਹੈ ਤਾਂ ਫਿਰ ਕਹਿਣ ਲੱਗ ਜਾਂਦੇ ਮੈਨੂੰ ਧੁੰਦਲਾ ਧੁੰਦਲਾ ਦਿਖਦਾ ਹੈ, ਨਿਗਾਹ ਘਟਣ ਲੱਗ ਗਈ, ਘਟਦੀ ਹੈ ਨਾ ਨਿਗਾਹ, ਫਿਰ ਅਸੀਂ ਕਦੀ ਲੈਂਜ ਪਾਉਂਦੇ ਹਾਂ, ਕਦੇ ਆਪਰੇਸ਼ਨ ਕਰਾਉਂਦੇ ਹਾਂ, ਪਰ ਉਹ ਗੱਲ ਨਹੀਂ ਬਣਦੀ ਜਿਹੜੀ ਕੁਦਰਤੀ ਹੈ, ਜਿਹੜੀ ਪਰਮੇਸ਼ਰ ਨੇ ਸ਼ੁਰੂ ਤੋਂ ਬਣਾਈ ਹੈ ਨਾ, ਉਹ ਗੱਲ ਨਹੀਂ ਜੇ ਬਣੀ। ਭਾਵ ਕਿ ਨਿਗਾਹ ਘਟ ਗਈ, ਦੇਖਣਾ ਬੰਦ ਹੋ ਗਿਆ, ਸਰਵਨ ਸੁਣ ਤਾਕੇ, ਕੰਨ ਵੀ ਸੁਣਨ ਨੂੰ ਰਹਿ ਕੇ ਬੋਲਾ ਹੋ ਗਿਆ। ਹੁਣ ਕੋਈ ਗੱਲ ਕਰਦੇ ਨੇ ਤਾਂ ਕੰਨ ਲਾ ਕੇ ਸੁਣਦਾ, ਕੀ ਕਹਿਣ ਡੇ ਜੀ, ਸਮਝ ਨਹੀਂ ਲੱਗਦਾ। ਬਾਣੀ ਕਹਿੰਦੀ ਅੱਖਾਂ ਵੀ ਥੱਕ ਗਈਆਂ, ਦਿਖਣੋਂ ਬੰਦ ਹੋ ਗਿਆ, ਕੰਨ ਵੀ ਥੱਕ ਗਏ, ਸਰੀਰ ਵੀ ਥੱਕ ਗਿਆ, ਥਾਕੀ ਸੁੰਦਰ ਕਾਇਆ। ਆ ਸਰੀਰ ਵੀ ਤੇਰਾ ਬਜ਼ੁਰਗ ਹੋ ਗਿਆ, ਉੱਠਿਆ ਨਹੀਂ ਜਾਂਦਾ, ਚੱਲਿਆ ਨਹੀਂ ਜਾਂਦਾ। ਵੇਖੋ ਹੁਣ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਨੂੰ ਪੁੱਛੀਆਂ ਤਾਂ ਕਹਿੰਦੇ ਨੇ ਜਵਾਨੀ ਵੇਲੇ ਅਸੀਂ ਭੱਜ ਭੱਜ ਕੇ ਭਰੀਆਂ ਢੋਂਦੇ ਸਾਂ, ਪਰ ਹੁਣ ਐਸਾ ਸਮਾਂ ਆ ਗਿਆ ਕਿ ਉਹਨਾਂ ਕੋਲ ਉੱਠਣਾ ਫਿਰਨਾ ਵੀ ਔਖਾ ਹੋ ਗਿਆ। ਕਹਿੰਦੇ ਥਾਕੀ ਸੁੰਦਰ ਕਾਇਆ, ਸਰੀਰ ਵੀ ਥੱਕ ਗਿਆ, ਬਜ਼ੁਰਗ ਹੋ ਗਿਆ, ਪਰ ਬੰਦੇ ਦੀ ਇੱਕ ਚੀਜ਼ ਨਹੀਂ ਜੇ ਥੱਕਦੀ, ਮਾਫ਼ ਕਰਨਾ। ਉਹ ਕੀ ਤਰ, ਉਹ ਕੀ ਹੈ, ਜਰਾ ਹਾਕਦੀ ਸਭ ਮਤ ਥਾਕੀ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਤੇ ਜਰਾ ਮੌਤ ਨੂੰ ਵੀ ਕਹਿੰਦੇ ਨੇ, ਹਾਕ ਵੱਜਦੀ ਜਦੋਂ ਮੌਤ ਦੀ। ਪਰ ਮਨੁੱਖ ਬਜ਼ੁਰਗ ਹੋਇਆ ਵੀ ਇੱਕ ਵਾਰ ਗੱਲ ਜ਼ਰੂਰ ਕਹੀ ਜਾਵੇਗਾ, ਇੱਧਰੋਂ ਵੀ ਪੈਸੇ ਲੈ ਆਓ, ਇੱਧਰੋਂ ਵੀ ਮਾਇਆ ਆ ਜੇ, ਜਿਵੇਂ ਹੁਣ ਚੱਲਦਾ। ਪਰ ਮਾਇਆ ਨੇ ਸਾਥ ਨਹੀਂ ਦੇਣਾ, ਸਾਥ ਦੇਣਾ ਪਰਮੇਸ਼ਰ ਦੇ ਨਾਮ ਨੇ।
ਇੱਥੇ ਸਿਰਫ ਮਾਇਆ ਰੁਜ਼ਗਾਰ ਵਾਸਤੇ ਚਾਹੀਦੀ ਹੈ, ਪਰ ਪਰਮੇਸ਼ਰ ਨੇ ਉੱਥੇ ਵੀ ਸਹਾਇਤਾ ਕਰਨੀ ਬਾਣੀ ਕਹਿੰਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਜਿੱਥੇ ਮਾਤਾ ਪਿਤਾ ਧੀਆਂ ਪੁੱਤਰ ਭੈਣ ਭਰਾ ਕੋਈ ਵੀ ਨਹੀਂ, ਕਿਉਂਕਿ ਸਾਰੇ ਇੱਥੇ ਰਹਿ ਜਾਂਦੇ ਨੇ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਮੂਹਾ ਨਾਮ ਤੇਰਾ ਸੰਤ ਸਹਾਈ, ਉੱਥੇ ਤੇਰੀ ਨਾਮ ਨੇ ਸਹਾਇਤਾ ਕਰਨੀ ਹੈ। ਉਹ ਕਿਹੋ ਜਿਹਾ ਰਸਤਾ ਜੈ ਪਹਾ ਭਿਆਨ ਦੂਤ ਜਾਂ ਮਦਲ ਹੈ, ਤੈ ਕੇਵਲ ਨਾਮ ਸੰਗ ਤੇਰਾ ਚੁਣੈ, ਉਹ ਮਾਲਕ ਦਾ ਨਾਮ ਹੀ ਜਾਂਦਾ ਜੇ। ਤੇ ਬਾਣੀ ਵੀ ਕਹਿੰਦੀ ਹੈ ਨਾਨਕ ਗੱਚੜਿਆ ਸਿਉ ਤੋੜ, ਟੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਜਿਉਂਦੇ ਜੀ ਸਾਰੇ ਸਾਥ ਛੱਡ ਜਾਂਦੇ ਜੇ, ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਉੱਥੇ ਜਾ ਕੇ ਵੀ ਸਹਾਇਤਾ ਕਰਦਾ। ਤੇ ਬਾਬਾ ਨਾਨਕ ਕਹਿੰਦਾ ਤੂੰ ਮੇਰੇ ਨਾਲ ਯਾਰੀ ਪਾ, ਮੇਰੇ ਨਾਲ ਮਿੱਤਰਤਾ ਪਾ, ਮੈਂ ਜਦੋਂ ਤੇਰਾ ਲੇਖਾ ਜੋਖਾ ਹੋਊਗਾ ਮੈਂ ਉੱਥੇ ਖਲੋਤਾ ਹੋਊਗਾ। ਬਾਬਾ ਨਾਨਕ ਖੁਦ ਕਹਿੰਦੇ ਵੀ ਤੂੰ ਮੇਰੇ ਨਾਲ ਮਿੱਤਰਤਾ ਬਣਾ, ਮੈਂ ਤੇਰੀ ਇੱਥੇ ਵੀ ਸਹਾਇਤਾ ਕਰੂੰ ਤੇ ਉੱਥੇ ਵੀ ਸਹਾਇਤਾ ਕਰੂੰ। ਉਜਲ ਕਿਹਾ ਝਲਕਣਾ ਕੁੱਟ ਮਕਾਲੀ ਬਸ, ਧੋਤਿਆਂ ਜੂਠਣਾ ਉਤਰਾ ਜਿਸ ਤੋਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਆ ਤਿੱਥੇ ਖੜੇ ਦਿਸਣ। ਬਾਬਾ ਨਾਨਕ ਕਹਿੰਦਾ ਮੈਂ ਉੱਥੇ ਹਾਜ਼ਰ ਹੋਵਾਂ। ਆਪਾਂ ਕਿਉਂ ਨਾ ਹੋਏ ਬਾਬੇ ਨਾਨਕ ਨਾਲ ਮਿੱਤਰਤਾ ਪਾਈਏ। ਕਹਿਣ ਤੋਂ ਭਾਵ ਇਹ ਵੀ ਰਹਿਣਾ ਸੰਸਾਰ ਤੇ ਕਿਸੇ ਦੇ ਵੀ ਨਹੀਂ, ਪਰ ਜਿਹੜੇ ਰੱਬ ਰੱਬ ਕਰਕੇ ਜਾਂ ਚੰਗੇ ਕਰਮ ਕਰਕੇ ਜਾਂਦੇ ਜੇ, ਉਹਨਾਂ ਨੂੰ ਦੁਨੀਆ ਸਲਾਉਂਦੀ ਜੇ, ਉਹਨਾਂ ਦੀ ਦੁਨੀਆ ਉਸਤਤ ਕਰਦੀ ਜੇ, ਤੇ ਜਿਹੜੇ ਬੰਦਗੀ ਕਰਕੇ ਜਾਂਦੇ ਨੇ ਉਹਨਾਂ ਬਾਰੇ ਬਾਣੀ ਕਹਿੰਦੀ ਹੈ ਆਪਣੇ ਆਪ ਭਗਤਾਂ ਦੀ ਸਦਾ ਜੈ ਜੈਕਾਰ ਕਰਾਵੇ। ਉਹ ਪਰਮੇਸ਼ਰ ਆਪਣੇ ਪਿਆਰਿਆਂ ਦੀ ਇੱਥੇ ਵੀ ਜੈ ਜੈਕਾਰ ਤੇ ਉੱਥੇ ਵੀ ਜੈ ਜੈਕਾਰ ਹੁੰਦੀ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਕਿ ਭਾਈ ਇੱਥੇ ਪਰਮੇਸ਼ਰ ਨੇ ਰਹਿਮਤ ਕੀਤੀ, ਇੱਥੇ ਥਾਂ ਦਿੱਤਾ, ਉਸ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਵੀ ਥਾਂ ਮਿਲ ਗਈ। ਬਾਣੀ ਦਾ ਬਚਨ ਹੁੰਦਾ ਜੀ, ਬਾਣੀ ਪਤਾ ਕੀ ਆਖਦੀ ਹੈ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਕਹਿੰਦੇ ਉਸ ਪਰਮੇਸ਼ਰ ਦੇ ਘਰ ਦੇ ਵਿੱਚ ਜਦੋਂ ਗੁਰਮੁਖ ਜਨ ਜਾਂਦੇ ਨੇ ਨਾ, ਜਿਵੇਂ ਮਾਤਾ ਜੀ ਨੇ ਬੰਦਗੀ ਕੀਤੀ ਹੈ, ਐਸੇ ਗੁਰਮੁਖ ਪਿਆਰੇ ਜਦੋਂ ਪਰਮੇਸ਼ਰ ਦੇ ਘਰ ਜਾਂਦੇ ਨੇ ਤੇ ਇਹੋ ਜਿਹਿਆਂ ਨੂੰ ਜੀਵਾਇਆ ਵੀ ਪਰਮੇਸ਼ਰ ਕਹਿੰਦਾ, ਲੇਖਾ ਜੋਖਾ ਵੀ ਨਹੀਂ ਹੁੰਦਾ। ਬਾਣੀ ਕਹਿੰਦੀ ਹੈ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਸਾਨੂੰ ਨਹੀਂ ਪਤਾ, ਪਰ ਜਿਹੜਾ ਬੰਦਗੀ ਕਰਦਾ ਉਹਦੇ ਨਾਲ ਪਰਮੇਸ਼ਰ ਐਸੀ ਕਿਰਪਾ ਕਰਦਾ। ਅਸੀਂ ਤਾਂ ਕਰਕੇ ਬੇਨਤੀ ਕਰਦੇ ਹਾਂ ਕਿ ਭਾਈ ਇਸ ਸੰਸਾਰ 'ਤੇ ਪਤਾ ਨਹੀਂ ਕਦੋਂ ਕੀ ਹੋ ਜਾਣਾ। ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ। ਇੱਕ ਬਚਨ ਯਾਦ ਆਉਂਦਾ ਹੈ ਦਸਵੇਂ ਪਾਤਸ਼ਾਹ ਦਾ, ਮਹਾਰਾਜ ਬਚਨ ਕਰਦੇ ਨੇ ਯੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਸ਼ਸਤਰਧਾਰੀ ਛਤਰੀ ਕੀ ਸਾਇਆ ਕਈ। ਹੁਣ ਇੱਥੇ ਜ਼ਿਕਰ ਕਿਹਦਾ ਕੀਤਾ ਮਹਾਰਾਜ ਨੇ ਬਾਣੀ ਦੇ ਵਿੱਚ, ਰਾਵਣ ਦਾ, ਰਾਕਸ਼ ਦਾ, ਕੰਸ ਦਾ, ਇਹਨਾਂ ਦੇ ਜ਼ਿਕਰ ਕੀਤੇ ਵੀ ਇਹ ਸੰਸਾਰ 'ਤੇ ਆਏ, ਆਪਣੇ ਸਮੇਂ ਅਨੁਸਾਰ ਚਲੇ ਗਏ, ਰਹੇ ਨਹੀਂ ਇੱਥੇ। ਹੁਣ ਕਿੰਨੀਆਂ ਕਿੰਨੀਆਂ ਲੰਮੀਆਂ ਉਮਰਾਂ ਰਾਵਣ ਨੂੰ ਆਪਾਂ ਸੁਣਦੇ ਹਾਂ ਬਜ਼ੁਰਗਾਂ ਕੋਲੋਂ, ਮੌਤ ਨੂੰ ਪਾਵੇ ਨਾਲ ਬੰਨਿਆ, ਕਾਲ ਨੂੰ ਪਾਵੇ ਨਾਲ, ਕਾਲ ਨੂੰ ਪਾਵੇ ਦੇ ਨਾਲ ਬੰਨਣ ਦਾ ਮਤਲਬ ਕਿ ਸਮਾਂ ਰੋਕ ਦੇਣਾ, ਧਰਤੀ ਰੋਕ ਦੇਣੀ, ਆਪਣੀ ਮਨ ਮਰਜ਼ੀ ਕਰਨੀ। ਆ ਜਿਹੜੇ ਦਿਨ ਚੱਲਦੇ ਨੇ, ਬਿਕਰਮੀਆਂ ਚੱਲਦੀਆਂ ਨੇ,
ਇਹ ਰਾਜੇ ਬਿਕਰਮਾਜੀਤ ਤੋਂ ਸ਼ੁਰੂ ਹੋਈ ਹੈ। ਅਸਮਤ ਤੇ ਹੁਣ ਚੱਲੀ ਹੈ, ਬਿਕਰਮੀ ਉਹਦੇ ਤੋਂ ਸ਼ੁਰੂ ਹੋਈ। ਤਾਂ ਕਿ ਮੌਤ ਨੂੰ ਕਬਜ਼ੇ ਵਿੱਚ ਕਰਨਾ, ਆਪਣੇ ਅਨੁਸਾਰ ਚਲਾਉਣਾ, ਜਿਵੇਂ ਸੰਸਾਰ ਨੇ ਚੱਲਣਾ। ਰਾਵਣ ਦਾ ਜ਼ਿਕਰ ਕਰਦੇ ਨੇ ਮਹਾਰਾਜ ਬਾਣੀ ਵਿੱਚ। ਭਗਤ ਜੀ ਦਾ ਇੱਕ ਬਚਨ ਹੁੰਦਾ ਹੈ, ਲੰਕਾ ਸਾ ਕੋਟ ਸਮੁੰਦ ਸੀ ਖਾਹੀ, ਤੇ ਰਾਵਣ ਘਰ ਖਬਰ ਨਾ ਪਾਈ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲੇ ਉਹ ਜਗ ਜਾਏ, ਇੱਕ ਲੱਖ ਬੂਤ ਸਵਾ ਲੱਖ ਨਾਤੀ ਤੇ ਦੀਆ ਨਾ ਬਾਤੀ। ਹੁਣ ਅਗਲਾ ਬਚਨ ਸੁਣੇ, ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ। ਬੜੇ ਹੈਰਾਨ ਹੁੰਦੇ ਆ ਕਈ ਵਾਰੀ ਕਿ ਪਰਮੇਸ਼ਰ ਇਹੋ ਜਿਹਾ ਵੀ ਤੂੰ ਕਰ ਸਕਦਾ। ਚੰਦ ਸੂਰਜ, ਚੰਦਰਮਾ ਤੇ ਸੂਰਜ, ਆਪਾਂ ਤੇ ਹੁਣ ਸੈਂਸ ਨੇ ਤਰੱਕੀ ਕੀਤੀ ਹੈ, ਰਾਵਣ ਦੇ ਵੇਲੇ ਰਾਵਣ ਦੇ ਚੁੱਲ੍ਹੇ ਜਿਹੜੇ ਸੀ ਸੂਰਜੀ ਕਿਰਨਾਂ ਦੇ ਨਾਲ ਚੱਲਦੇ ਸੀ, ਸੂਰਜੀ ਕਿਰਨਾਂ ਦੇ ਨਾਲ, ਉਦੋਂ ਇੰਨੀ ਟੈਕਨੋਲੋਜੀ ਸੀ। ਬਹੁਤ ਵੱਡਾ ਪਰਿਵਾਰ ਸੀ ਉਹਦਾ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਇਹ ਸਮਝਾਉਣਾ ਕੀਤਾ ਬਾਣੀ ਨੇ, ਰਾਵਣ ਵਰਗੇ ਜਿਨ੍ਹਾਂ ਦਾ ਐਡਾ ਵੱਡਾ ਪਰਿਵਾਰ ਸੀ ਉਹ ਵੀ ਚਲੇ ਗਏ, ਚਲੇ ਤੂੰ ਵੀ ਜਾ, ਰਹਿਣਾ ਤੂੰ ਵੀ ਨਹੀਂ ਇੱਥੇ। ਪਰ ਮਨੁੱਖ ਸੋਚਦਾ ਵੀ ਮੈਂ ਸ਼ਾਇਦ ਇੱਥੇ ਪੱਕਿਆਂ ਰਹਿਣਾ, ਘਰ ਵਧੀਆ ਬਣਾ ਲੈਣਾ, ਨੀਹਾਂ ਪੱਕੀਆਂ ਗੱਢ ਲੈਣੀ ਹੈ, ਵੀ ਸ਼ਾਇਦ ਪੱਕਾ ਵਸੇਬਾ। ਬਾਣੀ ਦਾ ਬਚਨ ਹੈ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਬੜੀ ਡੂੰਘੀ ਨੀਂਹ ਪੁੱਟਦੀਆਂ ਚਿਰ ਰਹਿਣਗੀਆਂ, ਇੱਕ ਦਿਨ ਉਹ ਵੀ ਢਹਿ ਜਾਣੀਆਂ, ਜਿੰਨੀ ਮਰਜ਼ੀ ਕੋਈ ਪਕਿਆਈ ਕਰੇ। ਮਹਾਰਾਜ ਨੇ ਸਮਝਾ ਦਿੱਤਾ, ਬਾਣੀ ਕਹਿੰਦੀ ਦੁਰਯੋਧਨ ਵਰਗੇ 100 ਭਰਾ ਸੀ, ਮਾਣ ਸੀ ਆਪਣੇ ਆਪ 'ਤੇ, ਪਰ ਇੱਕ ਛਤਰੀ ਦੀ ਥਾਂ 'ਤੇ ਰਹਿੰਦਾ ਸੀ, ਛਤਰੀ ਛਤਰੀ ਕੀ ਸਾਇਆ। ਬਾਣੀ ਕਹਿੰਦੀ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚੜ੍ਹੇ ਥਾ ਦੇਹੀ ਗਿਰਜ ਨਾ ਖਾਈ। 12 ਜੋਜਨ, ਇੱਕ ਜੋਜਨ 'ਚ 8 ਕਿਲੋਮੀਟਰ, ਜੇ 96 ਕਿਲੋਮੀਟਰ ਤੱਕ ਇੱਥੋਂ ਲੈ ਕੇ ਫਗਵਾੜੇ ਜਿੰਨੀ ਦੂਰ ਦੁਰਯੋਧਨ ਦੇ ਸਿਰ 'ਤੇ ਛਤਰ ਝੁਲਦਾ ਸੀ, ਕਦੇ ਧੁੱਕ ਨਹੀਂ ਸੀ ਵੇਖਦਾ। ਐਡੇ ਉਹਦੇ ਕੋਲ ਜਰਨੈਲ ਸਨ, ਫੌਜ ਨਹੀਂ, ਫੌਜ ਦੇ ਕੋਲ 47 ਲੱਖ ਦੇ ਲਾਗੇ ਛਾਗੇ ਸੀ, ਜੋ ਕਿ ਉਦੋਂ ਮਰਨਾ ਕੀ। ਕਹਿਣ ਤੋਂ ਭਾਵ ਇਹ ਕਿ ਇੰਨੀ ਫੌਜ ਹੁੰਦਿਆਂ ਹੋਇਆਂ, 100 ਭਰਾ ਦੇ ਹੁੰਦਿਆਂ ਹੋਇਆਂ ਵੀ ਇੱਕ ਦਿਨ ਸੰਸਾਰ ਤੋਂ ਜਾਣਾ। ਪਰ ਜਿਹੜਾ ਬੰਦਾ ਰੱਬ ਰੱਬ ਕਰਕੇ ਜਾਂਦਾ ਜੇ ਨਾ, ਉਹਦਾ ਆਉਣਾ ਸਫਲ ਤੇ ਜਾਣਾ ਸਫਲ ਹੋ ਜਾਂਦਾ ਜੇ। ਮੈਂ ਇੱਕ ਬਚਨ ਕਰਕੇ ਫਿਰ ਸਮਾਪਤੀ ਕਰ ਦੇਣੀ। ਸਾਨੂੰ ਨਹੀਂ ਪਤਾ ਵੀ ਕਿਹੜਾ ਮਨੁੱਖ ਕਿੰਨੀ ਕੁ ਬਾਣੀ ਪੜ੍ਹਦਾ, ਕੋਈ ਦੱਸ ਸਕਦਾ ਕਿ ਭਾਈ ਤੁਸੀਂ ਬੰਦਗੀ ਕਰਦੇ ਹੋ ਕਿ ਨਹੀਂ? ਨਹੀਂ, ਬਾਣੀ ਦਾ ਇੱਕ ਬਚਨ ਹੁੰਦਾ ਹੈ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਾਰੈ। ਇਹ ਭਗਤ ਤ੍ਰਿਲੋਚਨ ਜੀ ਦਾ ਬਚਨ। ਕਹਿੰਦੇ ਜੇ ਕਿਤੇ ਮਨੁੱਖ ਨੂੰ ਅੰਤ ਵੇਲੇ ਮਾਇਆ ਚੇਤੇ ਆ ਜਾਣਾ ਵੀ ਹਾਏ ਮੈਂ ਮਾਇਆ ਬੜੀ ਇਕੱਠੀ ਕੀਤੀ ਹੈ,
ਇਹ ਤਾਂ ਬੱਚਿਆਂ ਨੇ ਉਜਾੜ ਦੇਣੀ ਹੈ, ਇਹਨਾਂ 'ਤੇ ਨਸ਼ੇ ਕਰਨ ਲੱਗ ਜਾਣਗੇ, ਇਹ ਤਾਂ ਖਰਾਬ ਕਰ ਦੇਣਗੇ। ਜੇ ਉਸ ਖਿਆਲ ਦੇ ਵਿੱਚ ਕਿਸੇ ਬੰਦਾ ਮਨੁੱਖ ਚੜ੍ਹਾਈ ਕਰਦੇ ਅਤੇ ਬਾਣੀ ਕਹਿੰਦੀ ਉਹਨੂੰ ਜੂਨ ਕਿਹੜੀ ਮਿਲਣੀ ਹੈ ਪਤਾ ਤੁਹਾਨੂੰ, ਸਰਪ ਜੋਨ ਵੱਲ ਵੱਲ ਉਤਰ ਹੈ। ਬੱਚੇ ਥੋੜ੍ਹਾ ਜਿਹਾ ਖਿਆਲ ਕਰੋ, ਇਹਨੂੰ ਥੋੜ੍ਹਾ ਜਿਹਾ ਮਨ ਦੇ ਕੰਟਰੋਲ ਰੱਖਿਓ, ਦੋ ਚਾਰ ਮਿੰਟ ਲੈਣੇ ਨੇ, ਕਿਉਂਕਿ ਇਹ ਭੱਜਦੇ ਫਿਰਦੇ ਨੇ। ਮੇਰੀ ਵੀ ਬਿਰਤੀ ਉੱਖੜ ਗਈ, ਮਾਫ਼ ਕਰਨਾ। ਸੁਣਾਉਣ ਵਾਲੇ ਦਾ ਜਿਹੜਾ ਨਾ ਆਪਣਾ ਮਨ ਵੀ ਇਕਾਗਰ ਹੋਣਾ ਚਾਹੀਦਾ, ਮੇਰਾ ਮਨ ਨਹੀਂ ਇਕਾਗਰ ਹੋਇਆ ਹੁੰਦਾ। ਮਨ ਇਕਾਗਰ ਤਾਂ ਹੁੰਦਾ ਜਦੋਂ ਸਾਰੇ ਟਿੱਕ ਕੇ ਬੈਠਣ, ਤੁਸੀਂ ਬੈਠੇ ਜੀ ਬਹੁਤ ਸੋਹਣਾ, ਪਰ ਬੱਚੇ ਜਦੋਂ ਭੱਜਦੇ ਨੇ ਇਹਨਾਂ ਦੀ ਆਵਾਜ਼ ਆਉਂਦੀ ਹੈ, ਫਿਰ ਸਾਨੂੰ ਵੀ ਡਿਸਟਰਬ ਕਰਦੀ ਹੈ, ਕੰਨਾਂ 'ਚ ਆਵਾਜ਼ ਪੈਂਦੀ ਹੈ, ਫਿਰ ਅਸੀਂ ਵੀ ਸੁਣ ਕੇ ਕਈ ਵਾਰੀ ਚੀਜ਼ ਵਿਸਰ ਜਾਂਦੀ ਹੈ ਜਿਹੜੀ ਬੋਲਣੀ ਹੁੰਦੀ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਨ ਲੱਗਾ ਕਿ ਭਾਈ ਜੇ ਅੰਤ ਵੇਲੇ ਬੰਦੇ ਨੂੰ ਮਾਇਆ ਚਿੱਤੀ ਆ ਜਾਏ ਤਾਂ ਕਿਹੜੀ ਜੂਨ ਮਿਲਦੀ ਜੇ ਸਰਪ ਜੋਨ ਵੱਲ 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 ਦਾ ਮਤਲਬ ਵਾਰ ਵਾਰ ਸੱਪ ਦੀ ਜੂਨ, ਅਤੇ ਜੇ ਸੱਪ ਦੀ ਜੂਨੇ ਪੈ ਗਏ ਮਾਫ਼ ਕਰਿਓ ਫਿਰ ਕਰੋੜਾਂ ਸਾਲ ਬੰਨੇ ਜੀ ਕਰੋੜਾਂ ਸਾਲ। ਉਹ ਗੱਲ ਵੱਖਰੀ ਹੈ ਕਿ ਸਾਡੇ ਸਾਹਮਣੇ ਆ ਜਾ ਅਸੀਂ ਮਾਰ ਦਿੰਦੇ ਹਾਂ, ਪਰ ਸੱਪ ਦੀ ਉਮਰ ਜਿਹੜੀ ਐਡੀ ਲੰਬੀ ਜੇ। ਭਾਈ ਗੁਰਦਾਸ ਦਾ ਬੱਚਨ ਹੁੰਦਾ ਕਹਿੰਦੇ ਲੱਖ ਕਾਗਾ ਕਰੋੜ ਨਾਗਾ, ਲੱਖ ਸਾਲ ਉਮਰ ਕਾਂ ਦੀ ਜੇ, ਕਰੋੜ ਸਾਲ ਉਮਰ ਸੱਪ ਦੀ ਜੇ। ਪਰ ਉਹ ਗੱਲ ਵੱਖਰੀ ਵੀ ਸਾਡੇ ਸਾਹਮਣੇ ਆ ਜਾਓ ਤੇ ਬੰਦੇ ਦਾ ਵੀ ਨਹੀਂ ਪਤਾ। ਬਾਣੀ ਕਹਿੰਦੀ ਹੈ ਨਾ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ, ਤਿੰਨ ਅਵਸਥਾ ਨੇ ਬਚਪਨ ਜਵਾਨੀ ਤੇ ਬੁਢੇਪਾ। ਬਚਪਨ 'ਚ ਵੀ ਮੌਤ ਆ ਸਕਦੀ, ਜਵਾਨੀ 'ਚ ਵੀ ਆ ਸਕਦੀ ਤੇ ਬੁਢਾਪੇ 'ਚ ਤੇ ਅਟਲ ਸਟਾਈ ਹੈ। ਕਹਿੰਦੇ ਮਨੁੱਖ ਨੂੰ ਫਿਰ ਉਹ ਜੂਨ ਵਾਰ ਵਾਰ ਮਿਲਦੀ, ਪਰ ਕਹਿੰਦੇ ਕਿਤੇ ਅੰਤ ਵੇਲੇ ਨੂੰ ਪਰਮੇਸ਼ਰ ਚੇਤੇ ਆ ਜਾਵੇ, ਰੱਬ ਚੇਤੇ ਆ ਜਾਵੇ, ਅੰਤਕਾਲ ਨਾਰਾਇਣ ਸਿਮਰੇ। ਇਸ ਸ਼ਬਦ ਦਾ ਸਾਰਾ ਜ਼ਿਕਰ ਕੀਤਾ ਹੈ, ਜੇ ਘਰ ਬਾਰੇ ਸਿਮਰੇਗਾ ਤਾਂ ਪ੍ਰੇਤ ਜੋਨ ਮਿਲੇਗੀ, ਜੇ ਬੱਚਿਆਂ ਵੱਲ ਧਿਆਨ ਜਾਏਗਾ ਇਹ ਕੀ ਕਰਨਗੇ ਤਾਂ ਸ਼ੁਕਰ ਜੋਨ ਸੂਰ ਦੀ ਜੂਨ ਮਿਲੇਗੀ। ਇਹ ਸਾਰਾ ਕੁਝ ਲਿਖਿਆ ਸ਼ਬਦ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਚਮਕਤ ਹੈ। ਪਰ ਕਹਿੰਦੇ ਜੇ ਕਿਤੇ ਅੰਤ ਵੇਲੇ ਪਰਮੇਸ਼ਰ ਚੇਤੇ ਆ ਜਾਏ, ਉਹ ਮਨਾ ਮੈਂ ਕਦੇ ਰੱਬ ਰੱਬ ਨਹੀਂ ਕੀਤਾ। ਜੇ ਮਾਤਾ ਕਮਲਾ ਸੀ ਨਾ, ਜਵਾਨੀ ਵੇਲੇ ਪੈਸਾ ਬੜਾ, ਵਿਆਹ ਵੀ ਨਹੀਂ ਕਰਵਾਇਆ, ਪਰ ਜਦੋਂ ਬਜ਼ੁਰਗ ਹੋ ਗਈ ਤੇ ਬਿਮਾਰੀਆਂ ਲੱਗ ਗਈਆਂ, ਮੰਜੇ ਤੇ ਪੈ ਗਈ, ਇੱਕ ਗੋਲੀ ਰੱਖੀ ਜਿਹੜੀ ਉਹਦੀ ਸੇਵਾ ਕਰਦੀ ਹੈ। ਉਹ ਗੋਲੀ ਜਿਹੜੀ ਹੈ ਨਾ ਬੜੀ ਸਿਆਣੀ ਤੇ ਸਮਝਦਾਰ। ਇੱਕ ਦਿਨ ਨਾ ਆਵਾਜ਼ ਸੁਣੀ ਕੋਈ ਗੁਰਸਿੱਖ ਲਾਗੋਂ ਬਾਣੀ ਪੜ੍ਹਦਾ ਜਾਂਦਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਉਹ ਕਹਿੰਦੀ ਹੈ ਗੋਲੀ ਆਹ ਕੀ ਹੈ, ਕਿਹਦੀ ਕਲਾਮ ਹੈ, ਇਹਦਾ ਕੀ ਮਤਲਬ ਹੈ। ਗੋਲੀ ਨੇ ਦੱਸਿਆ ਕਿ ਇਹ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਤੇ ਕਹਿੰਦੀ ਕੀ ਮੀਨਿੰਗ, ਮਤਲਬ ਕੀ। ਉਹਨੇ ਦੱਸਿਆ ਵੀ ਜਦੋਂ ਸੰਸਾਰ ਤੋਂ ਜਾਣਾ ਨਾ, ਉੱਥੇ ਪਰਮੇਸ਼ਰ ਦੇ ਘਰ ਲੇਖਾ ਜੋਖਾ ਹੁੰਦਾ, ਜੇ ਲੇਖਾ ਜੋਖਾ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਜੇ, ਵੈ ਤਾਂ ਹੁਣ ਦੇ ਜਿਹੜੇ ਪੜ੍ਹੇ ਲਿਖੇ ਬਣਦੇ ਹੀ ਨਹੀਂ। ਉਹ ਕਹਿੰਦੇ ਇੱਥੇ ਹੀ ਸਾਰਾ ਕੁਝ ਹੈ, ਪਰ ਅਸੀਂ ਇੱਕ ਵਚਨ ਜ਼ਰੂਰ ਕਰਾਂਗੇ ਉਹਨਾਂ ਨੂੰ। ਬਾਣੀ ਕਹਿੰਦੀ ਈਹਾਂ ਖਾਟ ਚਲੋ ਚਲੋ ਹਰ ਲਾ, ਇਹਦਾ ਕੀ ਮਤਲਬ ਅਰਥ ਕਰ ਦੇਣ ਸਾਨੂੰ ਸਮਝਾ ਦੇਣ ਵੀ ਇੱਥੇ ਕੀਤੀ ਕਮਾਈ ਕਿੱਥੇ ਲਾਹਾ ਮਿਲਣਾ ਹੈ। ਬਾਣੀ ਕਹਿੰਦੀ ਈਹਾਂ ਖਾਟ ਇੱਥੇ ਰੱਬ ਰੱਬ ਕੀਤਾ ਚਲੋ ਹਰ ਲਾਹਾ, ਉਸ ਪਰਮੇਸ਼ਰ ਦੇ ਘਰ ਜਾ ਕੇ ਲਾਹਾ ਮਿਲੇਗਾ, ਆ ਗਿਆ ਬਸਨ ਸੁਹੇਲਾ, ਉਸ ਪਰਮੇਸ਼ਰ ਦੇ ਘਰ ਸੁੱਖ ਮਿਲਣਾ, ਥਾਂ ਮਿਲਣੀ ਜੇ, ਜਿਹਨੂੰ ਕਹਿੰਦੇ ਮੁਕਤੀ ਹੋ ਜਾਣੀ, ਮੁੜ ਕੇ ਜੂਨਾਂ ਤੋਂ ਰਹਿਤ ਹੋ ਜਾਣਾ। ਨਹੀਂ ਤਾਂ ਬਾਣੀ ਕਹਿੰਦੀ ਜਨਮ ਦੁੱਖ
ਮਰਨ ਦੁੱਖ। ਜਨਮ ਲੈਂਦਿਆਂ ਵੀ ਦੁੱਖ ਹੈ, ਰੋਂਦੇ ਹਾਂ, ਅਤੇ ਮਰਨ ਲੱਗਿਆ ਵੀ 1000 ਵਿਛੂ ਡੰਗ ਮਾਰੇ ਇੰਨੀ ਪੀੜਾ ਹੁੰਦੀ ਜੀ ਜਦੋਂ ਬੰਦੇ ਦੇ ਸਵਾਸ ਨਿਕਲਦੇ। ਉਹ ਗੱਲ ਵੱਖਰੀ ਹੈ ਕਿ ਟੈਕ ਆ ਜੇ ਜਾਂ ਕੁਦਰਤੀ ਪਰਮੇਸ਼ਰ ਕਹਿ ਦੇਵੇ ਕਿ ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ। ਸਹਿਲਾ ਕਹਿੰਦੇ ਸੌਖਾ ਮਰਨਾ, ਸੌਖੀ ਮੌਤ। ਇਹ ਅਸੀਂ ਵੀ ਅਰਦਾਸ ਕਰਦੇ ਹਾਂ ਪਰਮੇਸ਼ਰ ਅੱਗੇ ਕਿ ਦਾਤਿਆ ਮਰ ਜਾਣਾ, ਪਰ ਵੇਖੀ ਸੌਖੀ ਮੌਤ ਦਾ ਵੀ ਸੌਖੀ। ਕਿਉਂਕਿ ਉਸ ਵੇਲੇ ਬਾਣੀ ਕਹਿੰਦੀ ਸਰੀਰ ਦੇ ਵਿੱਚੋਂ ਕੀ ਨਿਕਲਣਾ, ਜਾਨ ਨੇ, ਅਤੇ ਕਿਸ ਤਰ੍ਹਾਂ ਨਿਕਲਦੀ ਹੈ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂਕੜ ਖਾਏ। ਜਦੋਂ ਸਰੀਰ 'ਚ ਜਾਨ, ਨੱਕ ਫੜ ਲਓ 2 ਮਿੰਟ, ਉਸੇ ਵੇਲੇ ਅੱਖਾਂ 'ਚ ਪਾਣੀ ਆ ਜਾਂਦਾ, ਸਾਹ ਨਾ ਲਓ, ਮਿੰਟ 1 'ਚ ਖੇਡ ਵਾਪਰ ਜਾਂਦੀ ਹੈ। ਪਰ ਕਿਤੇ ਜਦੋਂ ਜਾਨ ਨਿਕਲਣ ਲੱਗਦੀ ਹੈ ਨਾ, ਹੱਥ ਮਰੋੜਾ, ਤਨ ਕੱਪੈ, ਸਿਆਓ ਹੋਵਾ, ਸਿਹਤ ਹੱਥ ਮੁੜਨ ਲੱਗ ਜਾਂਦੇ ਜੇ, ਸਰੀਰ ਬੱਗਾ ਹੋਣ ਲੱਗ ਜਾਂਦੇ ਜੇ, ਤਨ ਕੰਬਣ ਲੱਗ ਜਾਂਦਾ ਅਤੇ ਚਿੱਟਾ ਰੰਗ ਹੋ ਜਾਂਦਾ। ਪਰ ਵੱਖਰੀ ਗੱਲ ਹੈ ਜਿਹੜੇ ਰੱਬ ਦੇ ਪਿਆਰੇ ਨੇ ਨਾ, ਮੈਂ ਆਪਣੇ ਪਿਤਾ ਦੀ ਮੌਤ ਵੇਖੀ 2.5-3 ਮਹੀਨੇ ਹੋ ਗਏ। ਸਭ ਨੂੰ ਪਤਾ SP ਮਹਿੰਦਰ ਸਿੰਘ ਬੈਠੇ ਨੇ, ਸਰਦਾਰ ਦਵਿੰਦਰ ਸਿੰਘ ਦੀ ਆਰਤੀ ਬੈਠੇ ਨੇ, ਇਸ ਨਗਰ ਦੇ ਬਹੁਤ ਪਤਵੰਤ ਸੱਜਣ ਜਿਨ੍ਹਾਂ ਦਾ ਸਾਡੇ ਨਾਲ ਬਹੁਤ ਸਨੇਹ, ਸਾਰਾ ਨਗਰ ਹੀ ਬਹੁਤ ਪਿਆਰ, ਸਾਰੇ ਨਗਰ ਨਾਲ ਬੜੀ ਸਾਡੀ ਬਣਦੀ ਹੈ, ਸਾਰੇ ਬੜੇ ਪਿਆਰ। ਪਰ ਉਹਦੇ ਕੁਝ ਕਾਰਨ ਐਸੇ ਸਨ ਵੀ ਦੱਸ ਵੀ ਨਹੀਂ ਸਕੇ। ਮੈਂ ਆਪਣੇ ਪਿਤਾ ਨੂੰ ਆਪਣੇ ਅੱਖੀ ਜਾਂਦਾ ਵੇਖਿਆ, ਮੈਂ ਲਾਗੇ ਬੈਠਾ ਉਸੇ ਬੈੱਡ ਦੇ ਉੱਤੇ, ਮੈਨੂੰ ਪਤਾ ਨਹੀਂ ਲੱਗਾ ਕਿ ਪਿਤਾ ਜੀ ਚੜ੍ਹਾਈ ਕਰ ਗਏ। 1 ਵਾਰੀ ਹੱਥ ਨਹੀਂ ਮਾਰਿਆ, ਹੱਥ ਨਹੀਂ ਹਿਲਾਇਆ ਜਾਂ ਆਵਾਜ਼ ਨਹੀਂ ਦਿੱਤੀ। ਹਾਂ, 1 ਗੱਲ ਜ਼ਰੂਰ ਕਰ, ਜਦੋਂ ਬਾਥਰੂਮ ਕਰਨਾ ਅਤੇ ਹੱਥ ਧੋਂਦੇ ਸੀ 2 ਵਾਰੀ, ਕਿਉਂਕਿ ਬਾਣੀ ਬਾਣੀ ਪੜ੍ਹਦੇ ਸਨ, ਸਭ ਨੂੰ ਪਤਾ ਕਿ 1:30 ਵਜੇ ਜਾ ਕੇ ਫਲਾਈ ਸਾਹਿਬ ਸੇਵਾ ਕਰਨੀ, ਹੱਥ ਧੋਣੇ ਫਟਾਫਟ 2 ਵਾਰੀ, 1 ਵਾਰੀ ਹੱਥ ਪਾਣੀ ਦੇ ਨਾਲ ਉਤਰਾਂ, 1 ਵਾਰੀ ਸਾਬਣ ਨਾਲ। ਪਰ ਮੈਂ ਉੱਧਰ ਵੇਖ ਕੇ ਹੈਰਾਨ ਹੋ ਗਿਆ, 1 ਵਾਰੀ ਹੱਥ ਧੋਤੇ, ਉਹ ਵੀ ਫਟਾਫਟ ਫਟਾਫਟ ਧੋ ਕੇ ਹੱਥ, ਅਤੇ ਮੈਂ ਪੁੱਛਿਆ, ਮੈਨੂੰ ਕਹਿੰਦੇ ਇੰਨੀ ਕੁ ਇਸ਼ਾਰਾ ਕੀਤਾ, ਹੈਨੀ ਕੰਮ ਬੋਲੇ ਨਹੀਂ, ਲੰਮੇ ਪੈ ਗਏ। ਮੈਨੂੰ ਤਲਖੀ ਲੱਗੀ ਉਸ ਟਾਈਮ, ਮੈਂ ਮੰਮੀ ਨੂੰ ਆਵਾਜ਼ ਦਿੱਤੀ ਵੀ ਪਿਤਾ ਦੇ ਕੋਈ ਫੌਜ ਦੇ ਕਾਗਜ਼ ਨਹੀਂ, ਦਿਓ, ਮੈਂ ਇਹਨਾਂ ਨੂੰ ਫੌਜ ਵਾਲੇ ਭਰਤੀ ਕਰ ਲੈਂਦੇ। ਬਾਕੀ ਡਾਕਟਰਾਂ ਕੋਲ ਅਸੀਂ ਜਾ ਕੇ ਵੇਖਿਆ, ਕਿਸੇ ਨੇ ਨਹੀਂ ਐਡਮਿਟ ਕੀਤਾ। ਮੈਨੂੰ ਚਿੰਤਾ ਲੱਗੀ, ਮੈਂ 1 ਕਾਗਜ਼ ਕੱਢਿਆ ਅਤੇ ਨਾਲ ਦੀ ਜਿਹੜੀ ਸੀ ਪਿਤਾ ਜੀ ਦੀ ਸੇਵਾ ਕਰਦੀ ਸੀ, ਉਹ ਘੁੰਮਦੀ ਘੁੰਮਦੀ ਆਈ ਅਤੇ ਸਿਰ ਘੁੱਟ ਕੇ ਅਤੇ ਪੁੱਛਣ ਲਈ, ਪਿਤਾ ਜੀ ਕੁਝ ਖਾਣਾ ਤਾਂ ਨਹੀਂ? ਅੱਗੋਂ ਪਿਤਾ ਹੁੰਦਾ ਅਤੇ ਬੋਲਦਾ ਵੀ ਹਾਂ ਜੀ, ਇਹ ਕੁਝ ਖਾਣਾ, ਇੰਨੇ ਚਿਰ ਚੜ੍ਹਾਈ ਕਰ। ਉਹਨਾਂ ਦੀ ਮੌਤ ਨਿਕਲੀ, ਬਾਣੀ ਕਹਿੰਦੀ ਸਹਿਲਾ ਮਰਨਾ ਹੋਏ, ਜਿਹੜੇ ਰੱਬ ਦੇ ਪਿਆਰੇ ਨੇ ਜਾਂ ਉਹਨਾਂ ਦੀ ਐਵਰੀ ਮੌਤ ਆਉਂਦੀ ਜੀ, ਸੌਖੀ ਮੌਤ, ਪਤਾ ਹੀ ਨਹੀਂ ਲੱਗਦਾ, ਉਹ ਮੇਰੇ ਨਾਲ ਗੱਲਾਂ ਕਰਦੇ ਕਰਦੇ ਹੀ ਚਲੇ ਗਏ। ਸੌਖੀ ਮੌਤ, ਸਿਖਾਲੀ ਮੌਤ। ਪਰ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਦਾਤਿਆ ਜਿਵੇਂ ਪਿਤਾ ਨੂੰ ਮੌਤ ਆਈ ਹੈ ਨਾ, ਜਾਣਾ ਤਾਂ ਹੈਗਾ, ਇਹ 'ਚ ਕੋਈ ਸ਼ੱਕ ਨਹੀਂ। ਲੋਕ ਕਹਿ ਦਿੰਦੇ ਜੀ ਕਿਉਂ ਗੱਲ ਕਰਦੇ, ਸ਼ੁਭ ਸ਼ੁਭ ਬੋਲੋ। ਨਹੀਂ ਭਾਈ, ਜਾਣਾ ਤਾਂ 1 ਦਿਨ ਹੈਗਾ, ਪਰ ਇਹੋ ਜਿਹੀ ਮੌਤ ਚਾਹੀਦੀ ਹੈ ਜਿਹੜੀ ਸਾਡੇ ਪਿਤਾ ਨੂੰ ਅੱਜ ਸੌਖੇ ਚਲੇ ਜਾਏ, ਪਤਾ ਹੀ ਨਾ ਲੱਗੇ, ਸੁੱਤੇ ਹਾਂ। ਪਰ ਰਹੋ ਵਿਚਾਰਾ, ਕਹਿੰਦੇ ਉਹ ਮਾਤਾ ਜਿਹੜੀ ਸੀ ਨਾ, ਉਹਨੇ ਪੁੱਛਿਆ, ਦੱਸਿਆ ਵੀ ਸਾਰਾ ਕੁਝ ਹੁੰਦਾ। ਉਹ ਫਿਰ ਕਹਿੰਦੀ ਵੀ ਕੀ ਕਰਨਾ ਚਾਹੀਦਾ, ਉਹਦੇ ਮਨ 'ਚ ਵਿਰਾਗ ਆ ਗਿਆ, ਵਿਰਾਗ ਆ ਬੱਚਨ ਕਰੀਏ ਸਮਾਪਤੀ ਹੈ, ਵਿਰਾਗ ਇੰਨਾ ਆਇਆ ਉਹਦੇ ਮਨ ਦੇ ਵਿੱਚ। ਉਹਨੇ ਕਮਲਾ ਨੇ ਆਪਣੀ ਗੋਲੀ ਨੂੰ ਕਿਹਾ ਕਿ ਕੀ ਰੱਬ ਮਿਲ ਸਕਦਾ? ਕਹਿੰਦੀ ਹਾਂ ਮਿਲ ਸਕਦਾ। ਆਹ ਹੁਣ ਬਜ਼ੁਰਗ ਮਾਤਾ ਚੜ੍ਹਾਈ ਕੀਤੇ ਨੇ, ਰਘਵੀਰ ਕੌਰ ਜੀ ਅਠਵਾਲ, ਸਾਨੂੰ ਵੀ ਪਤਾ ਕਿਸ ਤਰ੍ਹਾਂ ਪਰਮੇਸ਼ਰ ਨੂੰ ਯਾਦ ਕਰਦੇ। ਉਸ ਕਮਲਾ ਨੇ ਵੀ ਪਰਮੇਸ਼ਰ ਨੂੰ ਯਾਦ ਕੀਤਾ, ਐਸਾ ਯਾਦ ਕੀਤਾ।
ਨੇਤਰਪੁਰ ਪਲਾਂ ਚ ਕਮਲਾ ਦੇ ਘਰ ਪਹੁੰਚ ਗਏ। ਕਮਲਾ ਦੇ ਘਰ, ਕਮਲਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਕਮਲਾ ਵੀ ਕੀ ਹੈ ਵੀ ਵੇਖ ਕੌਣ ਆਇਆ। ਗੋਲੀ ਨੂੰ ਇਸ਼ਾਰਾ ਕੀਤਾ, ਬੋਲ ਸਕਦੇ